ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਸੋ ਵੀਰ ਜੀ, ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਬਈ, ਮੈਨੂੰ ਜਿਹੜੇ ਕਮੈਂਟ ਆਏ ਆ, ਸੋ ਮੈਂ ਉਹਨਾਂ ਦੇ ਥੋੜ੍ਹੇ ਜਿਹੇ ਇੱਕ ਦੋਵਾਂ ਦੇ ਰਿਪਲਾਈ ਕਰ ਦਿੰਦਾ ਵਾਂ। ਅਤੇ ਬਈ ਸੋਰੀ ਆ, ਥੋੜ੍ਹਾ ਜਿਹਾ ਮੇਰੇ ਕੋਲ ਨਾ ਟਾਈਮ ਥੋੜ੍ਹਾ ਜਿਹਾ ਘੱਟ ਹੁੰਦਾ ਵਾ ਵੀਡੀਓ ਬਣਾਉਣ ਦਾ, ਇਸ ਕਰਕੇ ਮੈਂ ਸਾਰੇ ਜਿਹੜੇ ਆ ਤੁਹਾਡੇ ਕੁਐਸਚਨ ਆ ਉਹਨਾਂ 'ਤੇ ਵੀਡੀਓ ਨਹੀਂ ਬਣਾ ਪਾਉਂਦਾ। ਅਤੇ ਉਹਦਾ ਰਿਪਲਾਈ ਬਈ ਮੈਂ ਕਰ ਦਿੰਦਾ ਵਾਂ ਸਾਰਿਆਂ ਦੇ, ਅਤੇ ਇੱਕ ਦੋ ਜਿਹੜੀਆਂ ਮੇਨ ਮੇਨ ਜਿਹੜੇ ਆ ਕੁਐਸਚਨ ਆ ਮੈਂ ਉਹਨਾਂ ਦੇ ਆਂਸਰ ਦੇ ਦਿੰਦਾ ਵਾਂ। ਇੱਕ ਬਾਈ ਨੇ ਜਿਹੜਾ ਆਪਣਾ ਪੁੱਛਿਆ ਸੀ ਬੱਸ ਡਰਾਈਵਰ ਦਾ, ਬਾਈ ਜੀ ਬੱਸ ਡਰਾਈਵਰ ਦੇ ਇੱਥੇ ਕਿਹੜੀ ਜੋਬ ਆ, ਕੀ ਸੈਲਰੀ ਵਗੈਰਾ ਵਾ, ਅਤੇ ਕਿਹੜੀ ਕੰਪਨੀ 'ਚ ਅਪਲਾਈ ਕਰਨਾ ਚਾਹੀਦਾ। ਬਾਈ ਇੱਥੇ ਬੱਸ ਡਰਾਈਵਰ ਦੇ ਬਾਈ ਜੀ ਮੇਨ ਇੱਥੇ ਤਿੰਨ ਕੰਪਨੀਆਂ ਵਾ, ਇੱਕ ਸਿਟੀ ਬੱਸ ਸਰਵਿਸ ਆ, ਇੱਕ KGL ਆ, ਅਤੇ ਇੱਕ ਬਾਈ KPTC ਆ ਟਰਾਂਸਪੋਰਟ ਜਿਹੜੀ ਆ। ਇਹ ਤਿੰਨ ਬਈ ਕੰਪਨੀਆਂ ਦੀ ਇੱਥੇ ਬੱਸ ਚੱਲਦੀਆਂ, ਇਸ ਤਿੰਨੇ ਲਿਮਿਟਡ ਕੰਪਨੀਆਂ ਵਾ। ਅਤੇ ਬਾਈ ਇਹਨਾਂ ਦੀ ਜਿਹੜੀ ਸੈਲਰੀ ਆ ਉਹ ਬਾਈ ਜੀ ਤੁਹਾਨੂੰ ਜਿਹੜੀ ਬੇਸਿਕ ਸੈਲਰੀ ਅਲੱਗ ਆ, ਅਤੇ ਬਾਈ ਬਾਕੀ ਇਹਨਾਂ ਦਾ ਜਿਹੜਾ ਵਾ ਕਮਿਸ਼ਨ ਸਿਸਟਮ ਹੁੰਦਾ ਵਾ ਵੀ ਕਿੰਨੇ ਤੁਸੀਂ KD ਬਾਈ ਬਣਾਉਂਦੇ ਜੇ, ਜੇ 20 KD ਆ ਤਾਂ 1-2 ਇੱਦਾਂ ਕਰਕੇ, 1 KD ਤੁਹਾਡਾ ਵਾ ਜਾਂ 2 KD ਤੁਹਾਡੇ ਆ, ਇੱਦਾਂ ਕਰਕੇ ਬਈ ਇਹਨਾਂ ਦੇ ਜਿਹੜਾ ਵਾ ਕਮਿਸ਼ਨ ਸਿਸਟਮ ਚੱਲਦਾ। ਜੇ ਤੁਸੀਂ ਬਈ ਅਪਲਾਈ ਕਰਨਾ ਵਾ ਤਾਂ ਬਈ ਇਹਨਾਂ ਦੀਆਂ ਵਕੈਂਸੀਆਂ ਜਿਹੜੀਆਂ ਵਾ ਉਹ ਆਉਂਦੀਆਂ ਰਹਿੰਦੀਆਂ ਵਾ। ਤੁਸੀਂ ਬਈ ਜੀ ਕਿਸੇ ਏਜੰਟ ਨਾਲ ਗੱਲ ਕਰ ਸਕਦੇ ਜੇ ਵੀ ਮੈਂ ਕੁਵੈਤ ਵਿੱਚ ਜਿਹੜਾ ਐਜ ਏ ਬੱਸ ਡਰਾਈਵਰ ਦੀ ਜੋਬ 'ਤੇ ਜਾਣਾ ਚਾਹੁੰਦਾ ਵਾ, ਅਤੇ ਜਦੋਂ ਵੀ ਬਈ ਜੀ ਉਹਨਾਂ ਕੋਈ ਵਕੈਂਸੀ ਆਈ ਤਾਂ ਤੁਹਾਨੂੰ ਉਹ ਦੱਸ ਦੇਣਗੇ। ਜਦੋਂ ਵੀ ਜੇ ਬਈ ਮੈਨੂੰ ਪਤਾ ਲੱਗਾ ਵੀ ਹਾਂ ਇਸ ਕੰਪਨੀ ਦੀ ਵਕੈਂਸੀਆਂ ਜਿਹੜੀਆਂ ਖੁੱਲੀਆਂ, ਤਾਂ ਬਈ ਮੈਂ ਵੀਡੀਓ ਜਿਹੜੀ ਆ ਬਣਾ ਦਾਂਗਾ। ਬਾਕੀ ਇੱਕ ਵੀਰ ਨੇ ਜਿਹੜਾ ਪੁੱਛਿਆ ਸੀ ਇੰਡੀਅਨ ਹੈਵੀ ਲਾਇਸੈਂਸ ਜਿਹੜਾ ਉਹ ਅਕਸੈਪਟ ਕਰਦੇ ਆ ਕੁਵੈਤ ਦੇ ਵਿੱਚ, ਬਾਈ ਜੀ ਨਹੀਂ, ਇੰਡੀਅਨ ਹੈਵੀ ਲਾਇਸੈਂਸ ਤੁਹਾਡੇ ਕੋਲ ਹੈ ਵਾ, ਅਤੇ ਬਾਈ ਜੀ ਫਿਰ ਤੁਹਾਡਾ ਜਿਹੜਾ ਕੁਵੈਤ ਦਾ ਹੈਵੀ ਲਾਇਸੈਂਸ ਬਣੂਗਾ। ਉੱਦਾਂ ਬਾਈ ਜੀ ਇੰਡੀਅਨ ਹੈਵੀ ਲਾਇਸੈਂਸ ਦੀ ਇੱਥੇ ਜਿਹੜੀ ਆ ਹੋਰ ਇੱਥੇ ਕੋਈ ਜ਼ਿਆਦਾ ਵੈਲਿਊ ਨਹੀਂ ਹੈ, ਮਤਲਬ ਵੀ ਤੁਸੀਂ ਉਸ ਲਾਇਸੈਂਸ 'ਤੇ ਇੱਥੇ ਗੱਡੀ ਨਹੀਂ ਚਲਾ ਸਕਦੇ। ਹਾਂ, ਜੇ ਤੁਹਾਡੇ ਕੋਲ ਜੇ ਇੰਡੀਅਨ ਹੈਵੀ ਲਾਇਸੈਂਸ ਨਹੀਂ ਹੈ ਤਾਂ ਫਿਰ ਬਾਈ ਜਿਹੜਾ ਤੁਹਾਡਾ ਇੱਥੇ ਹੈਵੀ ਲਾਇਸੈਂਸ ਉਹ ਨਹੀਂ ਬਣੂਗਾ। ਤੁਹਾਡੇ ਕੋਲ ਇੱਥੋਂ ਦਾ ਕੁਵੈਤ ਦਾ ਹੈਵੀ ਲਾਇਸੈਂਸ ਬਣਾਉਣ ਵਾਸਤੇ ਇੰਡੀਆ ਦਾ ਹੈਵੀ ਲਾਇਸੈਂਸ ਹੋਣਾ ਚਾਹੀਦਾ ਵਾ। ਅਤੇ ਇੱਕ ਬਾਈ ਜਿਹੜਾ ਆਪਾਂ ਨੂੰ ਪੁੱਛਦਾ ਹੈਗਾ ਬਾਈ ਜੀ ਜਿਹੜੀ ਆ ਏਜ਼ ਕਿੰਨੀ ਚਾਹੀਦੀ ਆ ਇੱਥੇ ਕੁਵੈਤ ਦੇ ਜਿਹੜਾ ਲਾਇਸੈਂਸ ਬਣਾਉਣ ਵਾਸਤੇ। ਬਾਈ ਕੁਵੈਤ ਦੇ ਲਾਇਸੈਂਸ ਬਣਾਉਣ ਵਾਸਤੇ ਤੁਹਾਡੀ ਏਜ 23 ਸਾਲ ਹੋਣੀ ਚਾਹੀਦੀ ਆ, ਉਸ ਤੋਂ ਬਾਅਦ ਬਾਈ ਜਿਹੜਾ ਤੁਸੀਂ ਲਾਇਸੈਂਸ ਇੱਥੇ ਅਪਲਾਈ ਕਰ ਸਕਦੇ ਜੇ। ਅਤੇ ਬਾਕੀ ਬਾਈ ਜੀ ਜਿਹੜੇ ਆ ਮੈਂ ਤੁਹਾਡੇ ਜਿਹੜੇ ਕੁਐਸਚਨ ਆ ਉਹਨਾਂ ਦੇ ਬਾਈ ਜਿਹੜੇ ਰਿਪਲਾਈ ਕਰਦਾ ਰਹਿੰਦਾ ਵਾਂ। ਅਤੇ ਜੇ ਬਾਈ ਜੀ ਕਿਸੇ ਦਾ ਰਿਪਲਾਈ ਲੇਟ ਆਉਂਦਾ ਵਾ ਜਾਂ ਨਹੀਂ ਮੈਂ ਕਰ ਪਾਉਣ ਡਿਆ, ਤਾਂ ਬਾਈ ਉਹਦੇ ਹੱਥ ਥੋੜ੍ਹਾ ਜਿਹਾ ਮੈਂ ਸੋਰੀ ਫੀਲ ਕਰਦਾ, ਕਿਉਂਕਿ ਬਾਈ ਜੀ ਮੈਂ ਵੀ ਇੱਥੇ ਥੋੜ੍ਹਾ ਜਿਹਾ ਕੰਮ 'ਤੇ ਬਿਜ਼ੀ ਹਾਂ, ਮੈਂ ਫਿਲਹਾਲ ਹੁਣ ਵੀ ਕੰਮ 'ਤੇ ਹਾਂ। ਮੈਨੂੰ ਬਾਈ ਥੋੜ੍ਹਾ ਜਿਹਾ ਟਾਈਮ ਜਿਹੜਾ ਉਹ ਮਿਲਿਆ ਸੀ, ਮੈਂ ਚਲ ਕੱਢ ਕੇ ਅਤੇ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਜਿਹੜਾ ਮੈਂ ਦੱਸ ਦਾਂਗਾ। ਉਹ ਬਾਈ ਨੇ ਕਾਫੀ ਰਿਕੁਐਸਟ ਕੀਤੀ ਬਾਈ ਜੀ ਮੈਨੂੰ ਦੱਸਿਓ, ਮੈਨੂੰ ਦੱਸਿਓ ਮੈਂ ਜਿਹੜਾ ਵਾ ਐਜ ਏ ਬੱਸ ਡਰਾਈਵਰ ਜਿਹੜਾ ਇੱਥੇ ਕੁਵੈਤ ਦੇ ਵਿੱਚ ਆਉਣਾ ਚਾਹੁੰਦਾ ਵਾਂ, ਮੈਨੂੰ ਇੱਥੇ ਵੀਜ਼ਾ ਚਾਹੀਦਾ ਵਾ। ਬਾਈ ਮੈਂ ਏਜੰਟ ਨਹੀਂ ਆ, ਮੈਂ ਵੀਜ਼ੇ ਨਹੀਂ ਕਢਾਉਣਾ। ਅਤੇ ਬਾਕੀ ਬਾਈ ਮੇਰਾ ਸਿਰਫ ਮੋਟਿਵ ਇਹ ਹੀ ਆ, ਮੈਂ ਬਈ ਇਨਫੋਰਮੇਸ਼ਨ ਹੀ ਦਿੰਦਾ ਵਾਂ, ਨੌਲੇਜ ਜਿਹੜਾ ਵਾ ਉਹ ਹੀ ਦਿੰਦਾ ਵਾਂ। ਬਾਕੀ ਤੁਸੀਂ ਜਿਹੜਾ ਵਾ ਏਜੰਟ ਲੱਭਣਾ ਵਾ, ਵੀਜ਼ਾ ਬਈ ਅਪਲਾਈ ਕਰਨਾ ਵਾ, ਤੁਸੀਂ ਇਹ ਬਈ ਤੁਸੀਂ ਆਪ ਖੁਦ ਕਰਨਾ ਵਾ, ਕਿਹੜੇ ਏਜੰਟ ਕੋਲ ਕਰਨਾ ਵਾ ਇਹ ਬਈ ਤੁਸੀਂ ਆਪ ਡਿਸਾਈਡ ਕਰਨਾ। ਕਿਉਂ ਬਈ ਮੈਂ ਕੋਈ ਵੀ ਏਜੰਟ ਜਿਹੜਾ ਵਾ ਉਹ ਤੁਹਾਨੂੰ ਸੁਜੈਸਟ ਨਹੀਂ ਕਰਦਾ ਵੀ ਤੁਸੀਂ ਇਸ ਏਜੰਟ ਕੋਲ ਜਾਓ ਤਾਂ ਆਪਣਾ ਵੀਜ਼ਾ ਲਵਾਓ। ਠੀਕ ਹੈ ਬਾਈ ਜੀ, ਬਾਕੀ ਸਭ ਕੰਮ ਕਾਰ ਸੈੱਟ ਆ। ਮਿਲਦੇ ਹਾਂ ਅਗਲੀ ਵੀਡੀਓ 'ਚ। ਜਿਹੜੇ ਵੀ ਨੇ ਵੀਰ ਮੇਰੇ ਚੈਨਲ 'ਤੇ ਨਵੇਂ ਆ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ, ਤਾਂ ਹੀ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।